ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਕੋਦਰ ਦੇ ਮਹੱਲਾ ਰੇੜਵਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹਾਂ, ਜਿੱਥੇ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਔਰ ਇੱਥੇ ਦੀਆਂ ਸੰਗਤਾਂ ਦਾ ਤੁਹਾਨੂੰ ਸਾਰਾ ਅਸੀਂ ਦਿਖਾਵਾਂਗੇ ਵਿਊ ਵੀ, ਔਰ ਪ੍ਰਕਾਸ਼ ਪੁਰਬ ਦੇ ਦਿਹਾੜੇ 'ਤੇ ਅੱਜ ਲੰਗਰ ਦੀ ਜਿਹੜੀ ਵਿਵਸਥਾ ਵੀ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਗੁਰਦੁਆਰੇ ਭਾਈ ਜੀ ਚੈਨਲ ਅਸੀਂ ਗੱਲਬਾਤ ਵੀ ਕਰਦੇ ਹਾਂ, ਔਰ ਅੱਜ ਪ੍ਰਕਾਸ਼ ਦਿਹਾੜੇ ਦਾ ਤੁਹਾਨੂੰ ਸਾਰਾ ਅਸੀਂ ਵਿਊ ਵੀ ਦਿਖਾਉਂਦੇ ਹਾਂ। ਤੁਸੀਂ ਦੇਖਦੇ ਰਹੋ ਆਰਮੀ ਇੰਡੀਆ ਟੀ ਵੀ ਨਿਊਜ਼ ਕੈਮਰਾਮੈਨ ਦੇ ਨਾਲ। ਥੈਂਕ ਯੂ। ਦੁਨੀਆਂ ਵਿੱਚ ਜਨਮ ਕਰਮ ਉਤਰੇ, ਮਨ ਤੇ ਗੁਮਾ ਮਨ ਤੇ ਜਾਏ ਗੁਮਾਨ, ਸੱਚੇ ਮਾਰਗ ਚੱਲਦੇ ਹਾਂ ਉਸ ਤਤ ਕਰੇ ਜਾਏ। ਕਹਿੰਦੇ ਸੱਚੇ ਮਾਰਗ ਤੇ ਤੁਰਦੇ ਹਾਂ ਸਾਰਾ ਜਹਾਨ ਉਸ ਤਤ ਕਰਦਾ ਭਾਈ। ਗੁਰੂ ਸਾਹਿਬ ਨੇ ਅੱਜ ਕਿਰਪਾ ਕੀਤੀ, ਅੱਜ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁਰਬ ਹੈ। ਪਟਨੇ ਦੇ ਬਾਨੀ ਪਟਨੇ ਦੇ ਦਾਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਜ ਦੇ ਦਿਨ ਮਾਤਾ ਗੁਜਰੀ ਜੀ ਦੇ ਕੁੱਖੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਅੱਜ ਪਟਨੇ ਦੇ ਧਰਤੀ ਤੇ ਅਵਤਾਰ ਧਾਰਨਾ। ਗੁਰੂ ਨੇ ਬੜੀ ਕਿਰਪਾ ਕੀਤੀ ਹੈ ਭਾਈ, ਜਦੋਂ ਅਸੀਂ ਇਹ ਪਾਵਣ ਦਿਹਾੜੇ ਇੱਕ ਤੇ ਮਾਘ ਦਾ ਮਹੀਨਾ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਇਹ ਜਿਹੜੇ ਦਿਹਾੜੇ ਨੇ ਭਾਵੇਂ ਵਿਸਾਖ ਦਾ ਦਿਹਾੜਾ ਮਨਾਉਂਦੇ ਆ ਤਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਦਾ ਦਿਹਾੜਾ ਤੇ ਅੱਜ ਜਿਹੜਾ ਮਾਘ ਦੇ ਮਹੀਨੇ ਦੇ ਪ੍ਰਥਾਏ ਆਪਾਂ ਬੈਠੇ ਹਾਂ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੁੜਿਆ ਇਤਿਹਾਸ। ਗੁਰੂ ਸਾਹਿਬ ਜੀ ਦੇ ਕਹਿੰਦੇ ਨੇ ਜਿੱਦਣ ਆਨੰਦਪੁਰ ਸਾਹਿਬ ਦਾ ਮਤਾ ਪਾਸ ਹੁੰਦਾ ਹੈ ਨਾ ਕਿ ਆਨੰਦਪੁਰ ਸਾਹਿਬ ਨੂੰ ਛੱਡਣਾ ਤੇ 100 ਦੇ ਕਰੀਬ ਇਕੱਤਰ ਹੁੰਦੇ ਨੇ ਸਿੰਘ ਸਾਰੇ ਤੇ ਮਹਾਂ ਸਿੰਘ ਦੀ ਅਗਵਾਈ ਦੇ ਵਿੱਚ ਹੁੰਦੇ ਨੇ ਤੇ ਕਹਿੰਦੇ ਨੇ ਜਦੋਂ ਗੁਰੂ ਕੋਲ ਆਉਂਦੇ ਆਉਂਦੇ ਚਾੜੀ ਲੈ ਜਾਂਦੇ ਨੇ ਪਰ ਇਹ ਮਤ ਨਹੀਂ ਪੈਂਦੇ ਗੁਰੂ ਕੋਲ ਆ ਕੇ ਇਹ ਮੂੰਹੋਂ ਕਹਿਣ ਦੇ ਕਿ ਸਤਿਗੁਰ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਜਾਵੇ ਜਾਂ ਅਸੀਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਂਦੇ ਹਾਂ। ਥੋੜਾ ਜਿਹਾ ਸਮਾਂ ਵੀ ਹੋਵੇਗਾ ਤੇ ਫਿਰ ਆਪਸ ਫਿਰ ਵਾਪਸ ਆ ਜਾ। ਇੰਨੀ ਹਿੰਮਤ ਨਹੀਂ ਪੈਂਦੀ। ਕਹਿੰਦੇ 100 ਦੇ ਕਰੀਬ ਇਕੱਤਰ ਹੁੰਦੇ ਨੇ ਮੀਟਿੰਗ ਕਰਦੇ ਆ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤੇ 40 ਲੈ ਜਾਂਦੇ ਨੇ ਜਿਹੜਾ 40 ਮੁਕਤਿਆਂ ਦਾ ਆਪਾਂ ਇਤਿਹਾਸ ਸਰਵਣ ਕਰਦੇ ਹਾਂ ਜਿਹਨਾਂ ਨੂੰ ਆਪਾਂ ਨਮਨ ਕਰਦੇ ਹਾਂ ਮੁਕਤਸਰ ਦੀ ਧਰਤੀ ਤੇ ਜਿੱਥੇ 40 ਮੁਕਤਿਆਂ ਦਾ ਪਾਵਣ ਮਾਲਕ ਨੇ ਉਹ 40 ਮੁਕਤਿਆਂ ਦਾ ਪਾਵਣ ਦਿਹਾੜਾ ਜਦੋਂ ਆਪਾਂ ਮਨਾਉਂਦੇ ਹਾਂ ਤੇ ਉਸ ਸਰਜ ਜ਼ਮੀਨ ਦੇ ਉੱਤੇ ਗੁਰੂ ਸਾਹਿਬ ਨੇ ਉਹਨਾਂ ਦੇ ਅਸਥਾਨ ਬਣੇ ਨੇ 40 ਮੁਕਤਿਆਂ ਦੇ ਪ੍ਰਥਾਏ। ਮਹਾਂ ਸਿੰਘ ਇਹ ਲੈ ਕੇ ਆਉਂਦਾ ਸਤਿਗੁਰ ਕੋਲ ਪ੍ਰਿਆਦ ਬੇਨਤੀ ਕਿ ਸਤਿਗੁਰ ਆਪਾਂ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਜਾਵੇ। ਮੈਂ ਉਂਝ ਵੀ ਤੁਹਾਡੇ ਨਾਲ ਪਹਿਲਾਂ ਵੀ ਸਾਥ ਕੀਤੀ ਸੀ ਕਿ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਘੇਰਾ ਪੈਂਦਾ ਹੈ ਨਾ ਤੇ ਕਈ ਆਨੰਦਪੁਰ ਸਾਹਿਬ ਨੂੰ ਥੋੜੇ ਦਿਲਾਂ ਵਾਲੇ ਕਈ ਵਾਰੀ ਹੁੰਦਾ ਕਿ ਮਾਲਕ ਥੋੜੇ ਦਿਲ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਭੁੱਖ ਬਰਦਾਸ਼ਤ ਨਹੀਂ ਹੁੰਦੀ ਪਰ ਸਤਿਗੁਰ ਨੇ ਕਿੱਡੀ ਕਿਰਪਾ ਕੀਤੀ 8-9 ਦੇ ਘੇਰੇ ਦੇ ਵਿੱਚ 8-9 ਮਹੀਨਿਆਂ ਦਾ ਘੇਰਾ ਪੈਂਦਾ ਹੈ ਤੇ ਗੁਰੂ ਸਾਹਿਬ ਨੇ ਸਾਡੇ ਜੀਵਨ ਨੂੰ ਸਿਦਕ ਦਿੱਤਾ ਹੈ ਸਾਡੇ ਜੀਵਨ ਨੂੰ ਤ੍ਰਿਪਤੀ ਦਿੱਤੀ ਹੈ ਕਿ ਭਾਈ ਕਿ ਜਦੋਂ ਤੂੰ ਨਾਮ ਸਿਮਰੇਗਾ ਨਾ ਤੇ ਤੇਰੇ ਅੰਦਰ ਇਹ ਤ੍ਰਿਪਤੀ ਦਾ ਆਸ ਤੇਰੇ ਅੰਦਰ ਜਾਗ ਪਵੇਗਾ। ਤੇ ਮਹਾਂ ਸਿੰਘ ਮੈਂ ਸੰਕੇਤ ਦਾ ਕਰਨਾ ਕਿਉਂਕਿ ਮੈਂ
ਤੁਹਾਡੇ ਨਾਲ ਥੋੜੀ ਜਿਹੀ ਸਾਂਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵੀ ਕਰਨੀ ਹੈ। ਗੁਰੂ ਸਾਹਿਬ ਜੀ ਦੇ ਕੋਲ ਹੁੰਦੇ ਤੇ ਮਾਨ ਸਿੰਘ ਆਖਣ ਲੱਗਾ ਕਿ ਸਤਿਗੁਰ ਸਾਨੂੰ ਆਗਿਆ ਬਖਸ਼ੋ, ਅਸੀਂ ਆਪਣੇ ਘਰਾਂ ਨੂੰ ਜਾਣਾ ਹੈ, ਬਹੁਤ ਸਮਾਂ ਹੋ ਗਿਆ ਮਿਲੇ ਨਹੀਂ ਪਰਿਵਾਰ ਨੂੰ, ਤੇ ਮਿਲ ਕੇ ਵਾਪਸ ਫਿਰ ਆ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਸਤਿਗੁਰ ਜੀ ਕਹਿਣ ਲੱਗੇ ਮਾਨ ਸਿੰਘ ਦੇਖ ਭਾਈ, ਜੇ ਚੱਲਿਆ ਤੇ ਚੁੱਪ ਕਰਕੇ ਚਲਾ ਜਾਣਾ, ਹੋਰਾਂ ਦੇ ਹੌਸਲੇ ਘਟਾ ਨਾ, ਕਿਉਂਕਿ ਹੋਰਾਂ ਦੇ ਹੌਸਲੇ ਵਧਾਉਣੇ ਨੇ ਇਹ ਸਮਾਂ ਵਧਾਉਣ ਦਾ, ਕਿਉਂਕਿ ਇੱਥੇ ਕੋਈ ਤਨਖਾਹੀਆ ਨਹੀਂ ਮਹਾਂ ਸਿੰਘ, ਇੱਥੇ ਕੋਈ ਐਸਾ ਨਹੀਂ ਕਿ ਜਿਹਨੂੰ ਬੰਦਸ ਦੇ ਨਾਲ ਰੱਖਿਆ ਗਿਆ, ਇੱਥੇ ਸਾਰਿਆਂ ਨੇ, ਇੱਥੇ ਸਾਰੇ ਮਰ ਜੀਵੜੇ ਨੇ ਬੈਠੇ ਭਾਈ, ਇੱਥੇ ਸਾਰੇ ਮਰ ਜੀਵੜੇ ਨੇ, ਇੱਥੇ ਕੋਈ ਤਨਖਾਹੀਏ ਨਹੀਂ ਜਿਹਨਾਂ ਨੂੰ ਮੈਂ ਕਹਿ ਦਵਾਂ ਕਿ ਵੀ ਤੁਹਾਨੂੰ ਤਨਖਾਹ ਮਿਲੇਗੀ ਫਿਰ ਜਾਏ। ਕਹਿਣ ਲੱਗੇ ਮਹਾਂ ਸਿੰਘ ਜੇ ਤੂੰ ਜਾਣਾ ਹੈ ਨਾ ਤੇ ਕੁਝ ਸ਼ਰਤਾਂ ਨੇ। ਕਹਿਣ ਲੱਗੇ ਸਤਿਗੁਰ ਕਿਹੜੀਆਂ ਸ਼ਰਤਾਂ? ਕਹਿਣ ਲੱਗੇ ਜਿਹੜੇ ਤੂੰ ਆਪ ਚੁੱਪ ਕਰਕੇ ਚਲਾ ਜਾ, ਜਿਹੜੇ ਤੇਰੇ ਨਾਲ ਜਾਂਦੇ ਨੇ ਉਹਨਾਂ ਨੂੰ ਲੈ ਜਾ। ਪਰ ਇੱਕ ਗੱਲ ਕਹੀ ਕਿ ਜੇ ਉਹ ਜਾਣ ਲੱਗਿਆ ਤੇ ਮੈਨੂੰ ਆਪਣੀ ਕੁਝ ਨਿਸ਼ਾਨੀ ਦੇ ਜਾਈ ਕਿ ਜਦੋਂ ਮੈਂ ਤੈਨੂੰ ਯਾਦ ਕਰਾਂ ਤੇ ਤੇਰੀ ਨਿਸ਼ਾਨੀ ਨੂੰ ਚੇਤੇ ਆ ਜਾਵੇ, ਜਦੋਂ ਨਿਸ਼ਾਨੀ ਦੇਖਾਂ ਤੇ ਤੈਨੂੰ ਯਾਦ ਕਰਾਂ। ਸਤਿਗੁਰ ਨੂੰ ਮਹਾਂ ਸਿੰਘ ਕਹਿਣ ਲੱਗਾ ਸਤਿਗੁਰ ਕਿਹੜੀ ਨਿਸ਼ਾਨੀ ਦਵਾਂ? ਕਹਿਣ ਲੱਗੇ ਇੱਕ ਕਾਗਜ਼ ਤੇ ਲਿਖ ਦੇ, ਬਦਾਵਾ ਲਿਖ ਦੇ ਕਿ ਤੂੰ ਸਾਡਾ ਗੁਰੂ ਨੂੰ ਅਸੀਂ ਤੇਰੇ ਸਿੱਖ। ਕਹਿਣ ਲੱਗੇ ਮਾਲਕ ਮੇਰੇ ਕੋਲ ਇਹ ਨਹੀਂ ਲਿਖਿਆ ਜਾਣਾ, ਮੇਰੇ ਕੋਲ ਇਹਦੀ ਹਿੰਮਤ ਹੈ ਨਹੀਂ ਲਿਖਣ ਦੀ ਤੇ ਨਾ ਮੈਂ ਲਿਖਣਾ ਸਤਿ। ਕਹਿਣ ਲੱਗੇ ਪਰ ਜਾਣ ਦੀ ਲੋੜ ਨਹੀਂ, ਜੇ ਜਾਣਾ ਤੇ ਕੁਝ ਨਾ ਕੁਝ ਤੈਨੂੰ ਦੇਣਾ ਪੈਣਾ, ਕੁਝ ਸ਼ਰਤ ਕਰਨੀ ਪੈਣੀ ਹੈ ਤੇ ਤਾਂ ਤੈਨੂੰ ਜਾਣ ਦਾ ਹੁਕਮ ਦਿੱਤਾ ਜਾਵੇਗਾ। ਹੁਣ ਮਹਾਂ ਸਿੰਘ ਨੇ ਫਿਰ ਆਪਣੇ ਸਿੰਘਾਂ ਨਾਲ, ਆਪਣੇ ਸਾਥੀਆਂ ਨਾਲ ਇਕੱਤਰ ਹੋ ਕੇ ਆਖਿਆ ਕਿ ਮਹਾਰਾਜ ਸਤਿਗੁਰ ਐਸੇ ਕਹਿੰਦੇ ਨੇ ਕਿ ਇੱਕ ਬਦਾਵਾ ਲਿਖ ਕੇ ਦੇ ਦਿਓ, ਜਿਹਨੂੰ ਕਹਿ ਦਈਏ ਕਿ ਚਿੱਠੀ ਲਿਖ ਕੇ ਦੇ ਦਿਓ। ਤੇ ਸਾਥੀ ਕਹਿਣ ਲੱਗੇ ਕੋਈ ਨੀ, ਆਪਾਂ ਲਿਖ ਕੇ ਦੇ ਦਿੰਦੇ ਹਾਂ ਤੇ ਜਦੋਂ ਵਾਪਸ ਆ ਜਾਵਾਂਗੇ ਖਿਮਾ ਮੰਗ ਲਾਂਗੇ ਤੇ ਫਿਰ ਚਿੱਠੀ ਵਾਪਸ ਲੈ ਲਵਾਂਗੇ, ਜਿਹੜਾ ਬਦਾਵਾ ਲਿਖਿਆ ਆਪਾਂ ਵਾਪਸ ਲੈ ਲਵਾਂਗੇ। ਗੁਰੂ ਸਾਹਿਬ ਮਹਾਂ ਸਿੰਘ ਲਿਖ ਕੇ ਦਿੰਦੇ ਨੇ ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ। ਕਿੰਦਰ ਬਦਾਵਾ ਲਿਖ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ, ਘਰਾਂ ਨੂੰ ਜਾਂਦੇ ਨੇ ਕਿ ਮਨ ਵਿੱਚ ਰਾਜ ਸੋਚਦੇ ਜਾਂਦੇ ਨੇ, ਮਨ ਵਿੱਚ ਖੁਸ਼ੀਆਂ ਦੇ ਕੀੜੇ ਇਹਨਾਂ ਦੇ ਆਉਂਦੇ ਨੇ ਕਿ ਘਰਾਂ 'ਚ ਜਾਵਾਂਗੇ ਐਸ਼ੋ ਆਰਾਮ ਦੇ ਨਾਲ, ਪੇਟ ਭਰ ਭੋਜਨ ਛਕਾਂਗੇ, ਆਰਾਮ ਨਾਲ ਰਵਾਂਗੇ, 7-8 ਦਿਨ ਘਰਾਂ 'ਚ ਰਵਾਂਗੇ ਤੇ ਫਿਰ ਤਿਆਰ ਹੋ ਕੇ ਫਿਰ ਗੁਰੂ ਕੋਲ ਆ ਜਾਵਾਂਗੇ। ਜਦੋਂ ਘਰ ਜਾਂਦੀਆਂ ਨੇ, ਜਦੋਂ ਘਰ ਜਾਂਦੇ ਨੇ ਤੇ ਘਰ ਵਾਲੀਆਂ ਪੁੱਛਦੀਆਂ ਨੇ ਕਿ ਕਿਸ ਤਰ੍ਹਾਂ ਆਏ ਹੋ, ਕਿਉਂਕਿ ਖਬਰ ਤੇ ਸਾਰੇ ਪਾਸੇ ਗੁਰੂ ਸਾਹਿਬ ਦੀ ਹੈ। ਕਹਿ ਲੱਗੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਤੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਛੱਡਣਾ ਨਹੀਂ ਕਰਦੇ, ਅਸੀਂ ਅਨੰਦਪੁਰ ਨੂੰ ਛੱਡ ਕੇ ਆ ਗਏ ਹਾਂ ਤੇ ਆਪਣੇ ਘਰ ਵਿੱਚ ਵਾਪਸ ਆ ਗਏ। ਇੱਥੇ ਮਾਤਾ ਭਾਗੋ ਦਾ ਵੀ ਜ਼ਿਕਰ ਹੁੰਦਾ ਕਿ ਮਾਤਾ ਭਾਗੋ ਨੂੰ ਵੀ ਇਹ ਨਾਲ ਕਹਿੰਦੇ ਨੇ ਮੁੜ ਕੇ, ਜਦੋਂ ਮਾਤਾ ਭਾਗੋ ਕੋਲ ਜਾਂਦੇ ਨੇ ਪਹਿਲਾਂ ਘਰ ਵਾਲੀਆਂ ਆਖਦੀਆਂ ਨੇ ਕਿ ਤੁਹਾਨੂੰ ਇਹ ਕਰਨਾ ਨਹੀਂ ਚਾਹੀਦਾ ਸੀ, ਤੁਸੀਂ ਬੁੱਧਰੀ ਦਿਖਾਈ ਹੈ, ਤੁਸੀਂ ਇੱਕ ਬੁੱਧਰ ਵਾਂਗੂ ਵਾਪਸ ਆ ਗਏ ਹੋ, ਜੇ ਕਿਤੇ ਸਿੰਘ ਲੜ ਕੇ ਵਾਪਸ ਲੜ ਕੇ ਸ਼ਹੀਦੀਆਂ ਪਾਉਂਦੇ ਤੇ ਅਸੀਂ ਆਪਣੇ ਆਪ ਨੂੰ ਬੜਾ ਸਾਡੇ ਅੰਦਰ ਰੁਤਬਾ ਹੋਣਾ ਸੀ, ਸਾਡੇ ਅੰਦਰ ਰੋਹ ਹੋਣਾ ਸੀ, ਸਾਡੇ ਪਤੀ ਸ਼ਹੀਦ ਹੋਏ, ਪਰ ਤੁਸੀਂ ਤਾਂ ਵਾਪਸ ਆ ਗਏ,
ਤੇ ਉਹਨਾਂ ਇੱਥੋਂ ਤੱਕ ਆਖ ਦਿੱਤਾ ਕਿ ਆਹ ਚੂੜੀਆਂ ਪਾੜੋ ਤੇ ਤੁਸੀਂ ਘਰ ਵਿੱਚ ਬਹਿ ਜਾਓ ਤੇ ਅਸੀਂ ਜੰਗ ਵਿੱਚ ਤਿਆਰ ਹੋ ਕੇ ਪਿਆਰ ਤੋਂ ਤਿਆਰ ਅਸੀਂ ਅਨੰਦਪੁਰ ਸਾਹਿਬ ਨੂੰ ਜਾਂਦੇ ਹਾਂ ਤੇ ਅਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਨਾਲ ਰਲ ਕੇ ਅਸੀਂ ਜੰਗ ਲੜਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਿਰ ਮੁਗਲ ਮੁਲਕ ਨੇ ਘੇਰਾ ਪਾਇਆ ਹੋਇਆ ਇੱਕ ਦਰਾਣੇ ਦੀ ਧਾਰ ਤੇ ਜੰਗ ਹੋਣ ਲੱਗੀ ਹੈ। ਜੇ ਭਾਈ ਭਾਈ ਗਲਤ ਅਤੇ ਗਲਤੀ ਬਖਸ਼ਾਉਣੀ ਹੈ ਨਾ ਤੇ ਤੁਸੀਂ ਸਾਰੇ ਪਾਸੇ ਰੋਕ ਕੇ ਦਰਾਣੇ ਦੀ ਧਾਰ ਤੇ ਜੰਗ ਲੜੋ ਜੋ ਜਿੱਤ ਜਿੱਤ ਪ੍ਰਾਪਤ ਕਰੋ ਤੇ ਤੁਹਾਨੂੰ ਗੁਰੂ ਵੱਲੋਂ ਮਾਫੀ ਦਿੱਤੀ ਜਾਵੇਗੀ। ਸਾਰੇ ਸਾਰੇ ਤਰੇ ਬਾਤੋ ਭਾਗੋ ਜੀ ਦੀ ਗੱਲ ਸੁਣੀ ਤੇ ਮਾਤਾ ਭਾਗੋ ਜੀ ਦੀ ਗੱਲ ਸੁਣਦੇ ਆ ਸਿੰਘਾਂ ਦੀ ਜਕਾਰੇ ਛੱਡੇ ਚਲੋ ਦਰਾਣੇ ਦੀ ਧਾਰ ਤੇ ਮੁਕਤਸਰ ਸਾਹਿਬ ਦੇ ਧਰਤੀ ਤੇ ਜਿੱਥੇ ਜੰਗ ਹੋਣ ਲੱਗੀ ਹੈ ਮੇਰੇ ਸਤਿਗੁਰ ਨੇ 14 ਦਿਨ ਦਾ ਆਪਣੇ ਸਿਆਸਤ ਕੀਤੀ ਹੈ। ਗੁਰਦੁਆਰਾ ਸਾਹਿਬ ਦੇ ਅਸੀਂ ਅੰਦਰ ਆਏ ਹਾਂ, ਸਾਡੇ ਨਾਲ ਕੀਰਤਨ ਪ੍ਰਚਾਰ ਭਾਈ ਸਾਹਿਬ ਤਰਸੇਮ ਸਿੰਘ ਜੀ। ਅੱਜ ਦਾ ਜਿਹੜਾ ਸਾਰਾ ਗੁਰਪੁਰਬ ਦਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਸਾਂਝਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਜ਼ਰਾ ਹਜ਼ੂਰ ਜਾਹਰਾ ਜ਼ਹੂਰ ਗੁਰ ਕਲਗੀਧਰ ਪਾਤਸ਼ਾਹ ਜੀ ਦੇ ਆਗਮਨ ਦੀਆਂ ਸਾਰੀਆਂ ਸੰਗਤਾਂ ਨੂੰ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੈਠੀਆਂ ਉਹਨਾਂ ਨੂੰ ਲੱਖ ਲੱਖ ਵਧਾਈਆਂ। ਅੱਜ ਰੇੜਮਾ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਹਰ ਸਾਲ ਉੱਦਮ ਕਰਦਿਆਂ ਹੋਇਆਂ ਆਪਣੇ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਦਸਵੰਧ ਕੱਢਦਿਆਂ ਹੋਇਆਂ ਸ੍ਰੀ ਸਾਹਿਬ ਸ੍ਰੀ ਅਖੰਡ ਜਾਪ ਪਰਸੋਂ ਦਿਨ ਤੋਂ ਆਰੰਭ ਕੀਤੇ ਗਏ ਸਨ। ਮਾਘ ਦੇ ਮਹੀਨੇ ਦੇ ਪ੍ਰਥਾਏ ਅੱਜ ਉਹਨਾਂ ਦੇ ਭੋਗ ਪਏ ਨੇ। ਭੋਗ ਤੋਂ ਉਪਰੰਤ ਕੀਰਤਨ ਹੋਏ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਸਾਰੀਆਂ ਸੰਗਤਾਂ ਨੇ ਸਾਂਝ ਕੀਤੀ ਹੈ। ਅਤੇ ਜੋ ਅਸੀਂ ਹਰ ਸਾਲ ਇਹ ਪਾਵਨ ਦਿਹਾੜਾ ਮਨਾਉਂਦੇ ਹਾਂ, ਇਹਦੇ ਪਾਵਨ ਦਿਹਾੜੇ ਦੇ ਮਨੋਰਥ ਇਹੀ ਹੁੰਦੇ ਨੇ ਕਿ ਭਾਈ ਜਿੰਨੀਆਂ ਵੀ ਸਿੱਖ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ, ਇਤਿਹਾਸ ਸਰਵਣ ਕੀਤਾ ਜਾਵੇ, ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਪਤਾ ਹੋਵੇ ਕਿ ਸਾਡਾ ਇਤਿਹਾਸ ਕੀ ਹੈ। ਅਤੇ ਕਿਉਂਕਿ ਇੱਥੇ ਸਵਾ ਲੱਖ ਦੇ ਨਾਲ ਸਿੰਘ ਲੜਿਆ, ਸਵਾ ਦੇ ਨਾਲ ਲੱਖ ਦੇ ਨਾਲ ਜੂਝਿਆ ਸਿੰਘ, ਇਹ ਇਤਿਹਾਸ ਬਹੁਤ ਬਹੁਤ ਵਡਮੁੱਲਾ ਇਤਿਹਾਸ ਹੈ। ਅਤੇ ਆਸ ਕਰਦੇ ਹਾਂ ਕਿ ਸਾਰੀ ਸੰਗਤ ਇਕੱਤਰ ਹੋ ਕੇ ਹਰ ਸਾਲ ਜਿਸ ਤਰ੍ਹਾਂ ਉਪਰਾਲੇ ਕੀਤੇ ਜਾ ਰਹੇ ਉੱਥੇ ਵੀ ਉਪਰਾਲਾ ਕੀਤਾ ਜਾਵੇ ਕਿ ਬੱਚਿਆਂ ਨੂੰ ਗੁਰਮਤਿ ਦੇ ਗਿਆਨ ਦਾ ਗੁਰਮਤਿ ਦੇ ਗਿਆਨ ਦੀ ਸੋਝੀ ਦੇਣ, ਬੱਚਿਆਂ ਨੂੰ ਕਲਾਸਾਂ ਕਰਵਾਈਆਂ ਜਾਣ ਤਾਂ ਜੋ ਸਾਡੇ ਇਤਿਹਾਸ ਦਾ ਸਾਰੀ ਸੰਗਤ ਅਤੇ ਬੱਚੇ ਸਾਡੇ ਜਾਣੂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਬ ਕੀ ਨਹੀਂ ਤਬ ਕੀ ਨਹੀਂ ਬਾਤ ਕਰੂੰ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ। ਜੇ ਅਗਰ ਗੁਰੂ ਗੋਬਿੰਦ ਸਿੰਘ ਨਾ ਆਉਂਦੇ ਤਾਂ ਸਾਡਾ ਅੱਜ ਇਹ ਸਿੱਖੀ ਸਰੂਪ ਨਹੀਂ ਸੀ ਹੋਣਾ। ਅਤੇ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਵਰਸਾਏ ਹੋਏ ਫਲਸਫੇ ਨੂੰ ਅਡੋਪਟ ਕਰਨਾ ਚਾਹੀਦਾ ਹੈ, ਉਹਨਾਂ ਨਕਸ਼ਾਂ ਕਦਮਾਂ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ ਅਤੇ ਸਾਨੂੰ ਹਰ ਘਰ ਦੇ ਵਿੱਚ ਸਿੱਖੀ ਦਾ ਸਰੂਪ ਜਾਪੇ, ਇਹ ਸਾਡਾ ਹੈਗਾ ਮੰਤਵ ਹੈ। ਅਤੇ ਮੈਂ ਬੇਨਤੀ ਕਰਦਾ ਹਾਂ ਸ਼੍ਰੋਮਣੀ ਕਮੇਟੀ ਨੂੰ ਕਿ ਅੱਜ ਜਿਹੜੀ ਕ੍ਰਿਸ਼ਚੀਅਨਿਟੀ ਆ ਉਹ ਕਿਉਂ ਵੱਧ ਫੁੱਲ ਰਹੀ ਆ, ਕਿਉਂਕਿ ਉਹਨਾਂ ਦੇ ਪ੍ਰਚਾਰਕ ਉਹਨਾਂ ਦਾ ਲਿਟਰੇਚਰ ਘਰ ਘਰ ਪਹੁੰਚਾ ਰਹੇ ਆ। ਅਤੇ ਮੈਂ ਬੇਨਤੀ ਕਰਦਾ ਹਾਂ ਜਿੰਨੇ ਵੀ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਸਾਡਾ ਸਿੱਖੀ ਦਾ ਜਿਹੜਾ ਵਾ ਉਹ ਪ੍ਰਚਾਰ ਘੱਟ ਵਾ, ਉਹਦੀ ਵਜ੍ਹਾ ਜਿਹੜੀ ਸਾਨੂੰ ਸੈੱਟਬੈਕ ਪਹੁੰਚਦੀ ਆ, ਸਾਡਾ ਸਿੱਖੀ ਦਾ ਜਿਹੜਾ ਵਾ ਸਰੂਪ ਘੱਟਦਾ ਵਾ ਨਾ ਕਿ ਵੱਧਦਾ ਵਾ। ਅਤੇ ਮੈਂ ਬੇਨਤੀ ਕਰਦਾ ਵਾਂ ਸਾਨੂੰ ਸ਼੍ਰੋਮਣੀ ਕਮੇਟੀ ਦੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮੇ ਭਾਜੀ।